बसमिल्लाहम रहीम असलम दोस्तों क्या हाल है आप दे, दे पे हो सा सोशल मीडिया यूट्यूब चैनल तो फेसबुक डिजिटल पेज फेसबुक का पेज दे दे पे हो डिजिटल स्टोरीज़ के नाँ नाल यूट्यूब चैनल दे दे पे हो अली जाम ऑफिशल दोस्तों उम्मीद करे ना तमाम दोस्त खर खरी है नोसिन मैं थोड़ा तो मेज़बान गुलाम अली ट्रामरी तेजे तो मुखातिब हाँ अज्ज के मौजूद मैं विलाग बढ़ावन वेना पी ਤਾਂ ਅਗਰ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨੇ ਕੀਤਾ ਮੇਰੇ ਸੋਸ਼ਲ ਪੇਜ ਨੂੰ ਫਾਲੋ ਕਰਨੇ ਕੀਤਾ ਤਾਂ ਹੁਣ ਡਿਜੀਟਲ ਸਟੋਰੀ ਫੇਸਬੁੱਕ ਤੇ ਪੇਜ ਨੂੰ ਫਾਲੋ ਕਰੋ ਲਾਈਕ ਕਰੋ ਤੇ ਨਾਲ ਅਲੀ ਜਮ ਦੇ ਨਾਮ ਨਾਲ YouTube ਚੈਨਲ ਨੂੰ ਸਬਸਕ੍ਰਾਈਬ ਕਰ ਜਿਓ ਤਾਂ ਕਿ ਤੁਸੀਂ ਮੇਰੀ ਹਰ ਆਉਣ ਵਾਲੀ ਵੀਡੀਓ ਜਿਹੜੀ ਹੈ ਉਹ ਦੇਖ ਸਕੋ ਤੇ ਆਪਣੀ ਰਾਏ ਦਾ ਇਜ਼ਹਾਰ ਕਰ ਸਕੋ ਦੋਸਤੋ ਐਦਾ ਜਿਹੜਾ ਸਾਡਾ ਵਲੌਗ ਹੈ ਉਹ ਹੈ ਕਿ ਅਕਸਰ ਜਿਹੜਾ ਨਾ ਆਖਿਆ ਮੈਨੇ ਜੀ ਇਹ ਮੁਹੱਬੇ ਬਤਾਨੇ ਇਹ ਮੁਹੱਬੇ ਵਤਨ ਦੇ ادارے ਨਾਲ ਮੁਹੱਬਤ ਕਰਾਣ ਵਾਲੇ ਮਾਅਮਨੋ ਮਦਦਗਾਰ ਹੈ ਇਦਾਰੀਆਂ ਦਾ ਗਵਰਨਮੈਂਟ ਦੇ ਜਿਤਨੀ ਵੀ ਸਟੇਟ ਦੇ ادارے ਹਨ ਉਹਨਾਂ ਦੀ ਇਹ ਮਦਦ ਕਰਨ ਵਾਲੇ ਲੋਕ ਹਨ ਤੇ ਕੁਝ ਕੁ ਜਿਹੜਾ ਹੈ مخالਫ ਸਮਝਾਵੇਂ ਨੇ ਇਦਾਰਿਆਂ ਦੇ ਉਹਨਾਂ ਕੋ ਐਂਟੀ ਸਮਝਾਵੇਂ ਨੇ ਅਗੇਂਸ ਸਮਝਾਵੇਂ ਨੇ ਕਿ ਅਸੀਂ ਇਹ ਹਰ ਕੰਮ ਵਿੱਚ ਮਦਦਖਲਤ ਕਰੈਨ ਹਰ ਕੰਮ ਵਿੱਚ ਦਖਲਅੰਦਾਜ਼ੀ ਕਰੈਨ ਅਸੀਂ ਵਲਾ ਅਫਸਰਾਂ ਦੀ ਸ਼ਿਕਾਇਤਾਂ ਕਰੈਨ ਸੇ ਮਕਸਦ ਆਖਣ ਦਾ ਇਹ ਹੈ ਕਿ ਪਾਕਿਸਤਾਨ ਦੀ ਰਿਆਸਤ ਜਿਹੜੀ ਹੈ ਸਦਾ ਮੁਲਕ ਪਾਕਿਸਤਾਨ ਹਿੰਦੇ ਜਿੰਨੇ ਵੀ ادارے ਹਨ ਕੁਝ ਲੋਕ ਉਹਨਾਂ ਦੇ ਮਦਦਗਾਰ ਹਨ ਮੁਆਵਨ ਹਨ ਤੇ ਕੁਝ ਕੁਸੇ ਮੁਖਾਲਫ ਸਮਝਾ ਵੇਂਦੇ ਜੇ ਕੋ ਐਨ ਟੀਵੀ ਆਦਨ ਠੀਕ ਹੈ ਅੱਜ ਆਪਾਂ ਡਿਸਕਸ ਇਹ ਕਰਨੇ ਗੋਦਾ ਕਿ ਇਹ ਜਿਹੜਾ ਮਦਦਗਾਰ ਹੈ ਇਹ ਕੌਣ ਹੈ ਤੇ ਕਿਵੇਂ ਮਦਦਗਾਰ ਹੈ ਤੇ ਦੂਜਾ ਜਿਹੜੇ ਬੰਦੇ ਕੋ ਇਹ ادارے ਜਾਂ ਮੁਆਸ਼ਰਾ ਮੁਖਾਲਿਫ ਸਮਝਦੇ ਉਹ ਬੰਦਾ ਕੀ ਕਰੇ ਨੇ ਅਸਲ ਉਹਦਾ ਕਿਰਦਾਰ ਕੀ ਹੈ ਉਹ ਕਿਵੇਂ ਪਾਕਿਸਤਾਨ ਦੇ ادارਿਆਂ ਦੀ ਮੁਖਾਲਫਤ ਕਰੇ ਨੇ ਕੀ ਵਾਕਈ ਉਹ ਇਹ ਮੁਲਕ ਦਾ ਫਰਦ ਥੀ ਤੇ ਆਪਣੇ ادارਿਆਂ ਦੀ ਮੁਖਾਲਫਤ ਕਰੇ ਨੇ ਵਾਕਈ ਉਹ ਰਿਆਸਤ ਦਾ ਦੁਸ਼ਮਣ ਹੈ ਜਾਂ ਖੈਰ ਖਾਏ ਤੇ ਦੂਜਾ ਜੇ ਕੋਈ ادارਾ ਤੇ ਮੁਆਸ਼ਰਾ ਜੇ ਕੋ ਆਪਣਾ ਖੈਰ ਖਾ ਸਮਝਦੇ ਜੇ ਕੋ ਮਦਦਗਾਰ ਮੁਆਮਨ ਸਮਝਦੇ ਅੱਜ ਹੁੰਦੇ ਤੇ ਵੀ ਡਿਸਕਸ ਕਰਨੇ ਹੈ ਕਿ ਕੀ ਉਹ ਵਾਕੀਦਾਰੀਆਂ ਨਾ ਮਖਲੇ ਸੇ ਮੁਲਕ ਪਾਕਿਸਤਾਨ ਦਾ ਵਫਾਦਾਰ ਹੈ ਮੁਆਸ਼ਰੇ ਵਾਸਤੇ ਫਲਾਹ ਦੀ ਤਰਫ ਵੇਨਾ ਪੇ ਮੁਆਸ਼ਰੇ ਕੋ ਕਾਮਯਾਬ ਕਰ ਸਕਦੇ ਜਿਹੜਾ ਬੰਦਾ ਇਦਾਰੀਆਂ ਦਾ ਮੁਆਮਲੇ ਨੇ ਠੀਕ ਹੈ ਜੀ ਅੱਜ ਇਹਨਾਂ ਦੋ ਗੱਲਾਂ ਤੇ ਆਪਾਂ ਡਿਸਕਸ ਕਰਨੇ ਆ ਗੋਦਾ ਗਾਲ ਹੈ ਜੋ ਪਾਕਿਸਤਾਨ ਦੇ ਜਿਤਨੀ ਇਦਾਰਨ ਸੂਈ ਗੈਸ ਹੈ ਵਬਡਾ ਹੈ ਨਾਦਰ ਹੈ ਮਕਮਾ ਮਾਲ ਹੈ ਅੱਛਾ ਮਕਮਾ ਸਿਹਤ تھی ਗਈ اچھا سین محکمہ مال تھی گیا سین محکمہ زراعت ہے سین اچھا ہوندے نال محکمہ لائف سٹاک ہے ایںے محکمہ پولیس تھی گیا سین پاکستان دے جت پاکستان دے جتنے بھی ادارے ہیں کچھ لوگ سادے پاکستانی ایسے اسا پاکستانی شہرت رکھ دوں اگر اسا اداریاں دی مدد وی کریںوں بلکہ انہاں دے خلاف وی ونوں جڑے لوگ اداریاں دی مدد کریںن انہے کو آکھیا وینے سی منہ میں सहूलकार मदद करण वारा दूजा जहिड़ा ही इदारे ख़िलाफ़ वेंदे उहो शिकायत करे दरख़्वास्त बाज़ी करे ठीकु आहे सी उन कमियां कुताईं दसे त हूंकु मुखालिफ़ वेंदे लेकिन अॼु पाण निचोड़े कढण की इदारे मुल्क पाकिस्तान जी रियासती इदारे असल दुश्मन कौन आहे त दोस्त कौन आहे क्यूकि मुआशरा हूंकू दुश्मन सम्झे जहिड़ा इन इदारे जी शिकायत करे ਤੇ ਹੋਂਕੂ ਦੋਸਤ ਸਬੰਧਨ ਜਿਹੜਾ ਇਹਨਾਂ ਦੀ ਖੁਸ਼ਾਹਤ ਕਰੇ ਇਹ ਚੰਗਾ ਕਰਨ ਤਾਂ ਉਹ ਆਖੇ ਚੰਗਾ ਹੈ ਇਹ ਬੁਰਾ ਕਰਨ ਤਾਂ ਉਹ ਆਖੇ ਚੰਗਾ ਹੈ ਹੋਂਕਵਾਦਨ ਇਹ ਲੋਕ ਤੇ ਮੁਆਸ਼ਰਾ ਮਦਦਗਾਰ ਤੇ ਜਿਹੜਾ ਚੰਗੇ ਕੋ ਚੰਗਾ ਸਮਝੇ ਤੇ ਗੰਦੇ ਕੋ ਗੰਦਾ ਸਮਝੇ ਹੋਂਕ ਕੋਈ ਦੁਸ਼ਮਣ ਸਬੰਧਨ ਇਵੇਂ ਆਪਾਂ ਪੁਲਿਸ ਵਾਲੇ ਪਾਸੇ ਆਵਨੇ ਹੈ ਤੁਸੀਂ ਇਹ ਦੇਖੋ 1947 ਤੋਂ ਜਦੋਂ ਨਾ ਪਾਕਿਸਤਾਨ ਬਣੀ ਹੈ ਹੋਂ ਵੇਲੇ ਕੋ ਨੂੰ ਲਾਤੇ ਹੀ ਵੇਲੇ ਤੱਕ ਪੁਲਿਸ ਦੇ ਖਿਲਾਫ ਲੋਕਾਂ ਦਾ ਕੀ ਦਿਮਾਗ ਹੈ ਇਹ ਹੋਇਸੀ ਕਿ ਜਿਹੜੀ ਪੁਲਿਸ ਹੈ ਉਸ ਨੇ ਸਿਰਫ ਗਰੀਬਾਂ ਵਾਸਤੇ ਹੈ ਅਮੀਰਾਂ ਦੇ ਤਾਂ ਤਲਵੇ ਚਟੇ ਨਹੀਂ ਹੈ ਅਮੀਰ ਅਗਰ ਕੋਈ ਜੁਰਮ ਕਰੇ ਤਾਂ ਉਹਦੇ ਵਾਸਤੇ ਕੋਈ ਕਾਨੂੰਨ ਕਹਿ ਨਹੀਂ ਸੀ ਇਲਾਕੇ ਦਾ ਅਗਰ ਕੋਈ ਵਧੇਰਾ ਸਰਦਾਰ ਅਗਰ ਕੋਈ ਜੁਰਮ ਕਰ ਗਿੰਦੇ ਉਹਦਾ ਕੋਈ ਚਿਮਚਾ ਕੜਸਾ ਕਰ ਗਿੰਦੇ ਤਾਂ ਉਹਦੇ ਵਾਸਤੇ ਕੋਈ ਕਾਨੂੰਨ ਕਹਿ ਨਹੀਂ ਉਹਦੇ ਵਾਸਤੇ ਕੋਈ ਜਰਾਇਮ ਕਹਿ ਨਹੀਂ ਬਰਾਏ ਨਾਮ ਐਫ ਆਈ ਆਰ ਦਿੱਤੀ ਹੋਣੀ ਹੈ ਬਰਾਏ ਨਾਮ ਹਵਾਲਾਤ ਹੁੰਦੇ ਆ ਉਹਨੂੰ ਏ ਸੀ ਮਿਲਦੇ ਪ੍ਰੋਟੋਕੋਲ ਮਿਲਦੇ ਹੁੰਦੀ ਜਾਤ ਹੈ ਅਗਰ ਕਹੀਂ ਗਰੀਬ ਦੇ ਖਿਲਾਫ ਕੁੜੀ ਦਰਖਾਸਤ ਵੀ ਚਲੀ ਗਈ ਹੈ ਕੁੜਾ ਮੁਦਈ ਵੀ ਚਲਾ ਗਏ ਤਾਂ ਵਦਾ ਮੁਜਰਮ ਥੀ ਵਨੇ ਸੀ उन एफ़आईआर दर्ज की वही चार चार डाले उन्होंने घर वेन से चादर चार दीवार कमाल करें ऊँ दहशतगार को गिरफ्तार कर देना सी ए दौरा मार अच्छा पुलिस उन ब को मुआवन संबंधी मददगार संबंधी सहूलतकार संबंधी जो उन्हें को रिश्वत दिवाए जहाँ उन्हें रिटीसी करे खुशामद करे अगर एस एच ओ है तफतीशी है मुंशी है रिश्वत दजार सरगर्म कि बैठे ਤੈ ਤੂੰ ਸਾਂ ਦੋਸਤ ਬੜਾ ਇਮਾਨਦਾਰ ਹੈ ਲੋਕਾਂ ਨੂੰ ਬੜਾ ਇਨਸਾਫ ਦੇਣਾ ਬੈਠੇ ਤੈ ਤੂੰ ਉਹਨੇ ਦੇ ਪੁਲਿਸ ਮੁਆਮਨ ਹੋ ਮਦਦਗਾਰ ਹੋ ਸਹੂਲਤਕਾਰ ਹੋ ਤੂੰ ਸਾਂ ਮੁਲਕ ਪਾਕਿਸਤਾਨ ਦੇ ਵਫادار ਹੋ ਅਗਰ ਤੂੰ ਸਾਂ ਮੁੰਚੀ ਐਸਚਓ ਡੀਐਸਪੀ ਇਹਦੇ ਖਿਲਾਫ ਆਵਾਜ਼ ਉਠੇਨੋ ਕਿ ਸਹੀ ਲੋਕਾਂ ਨੂੰ ਜ਼ਲੀਲ ਕਰੇ ਨੇ ਗਰੀਬਾਂ ਨੂੰ ਇਨਸਾਫ ਨਹੀਂ ਦੇਣਾ ਸਾਇਲੀਆਂ ਆਉਣ ਵਾਲਿਆਂ ਨੂੰ ਧੱਕੇ ਦੇਣ ਅਗਰ ਤੂੰ ਸਾਂ ਇਨੇ ਇਹ ਜਿਹੜੇ ਵੱਡੇ ਅਫਸਰ ਇਹਦਾ ਮੈਂ ਨਾ ਚਾਹਤਾ ਮਾ ਆਪਣੇ ਪਾਸੇ ਤਾਂ ਇਹ ਵਦੇ ਨਾ ਸੀ ਖਾਨੇਦਾਰ ਥੀ ਗਿਆ ਛੋਟਾ ਵਦਾ ਮੁੰਚੀ ਠੀਕ ਹੈ ਸੀ ਐਸ ਐਚਓ ਅਗਰ ਹਿੰਨੇ ਦੀ ਤੂੰ ਸਾ ਸ਼ਿਕਾਇਤ ਡੀਪੀਓ ਸਾਹਿਬ ਕੋ ਕਰ ਦਿੱਤੇ ਆਈਜੀ ਸਾਹਿਬ ਕੋ ਕਰ ਦਿੱਤੇ ਜਾਂ ਡੀਆਈਜੀ ਸਾਹਿਬ ਕੋ ਕਰ ਦਿੱਤੇ ਤਾਲ ਤੂੰ ਸਾ ਮੋਲਕ ਦੇ ਦੀ ਦੁਸ਼ਮਣੇ ਵੇਰੀ ਆਸਾ ਦੇ ਵੀ ਦੁਸ਼ਮਣੇ ਵੇ ਠੀਕ ਹੈ ਸੀ ਜਿਹੜਾ ਬੰਦਾ ਇਹਨੇ ਨੇ ਹੱਕੇ ਚ ਜੂਠੀਆਂ ਪੋਸਟਾਂ ਲਾਵੇ ਇਹਨਾਂ ਦੀ ਖੁਸ਼ਾਮਤ ਕਰੇ ਦੀ ਰਾਤ ਇਹਨਾਂ ਦੀ ਕਰਪਸ਼ਨ ਤੇ ਪਰਦਾ ਪਾਵੇ ਉਹ ਇਹਨਾਂ ਦਾ ਦੋਸਤ ਹੈ ਸੀ ਇਹਨਾਂ ਦਾ ਮਦਦਗਾਰ ਹੈ ਸੀ ਇਹਨਾਂ ਦਾ ਮੂਆਵੇਂ ਨੇ ਲੇਕਿਨ ਅਫਸੋਸ ਇਹ ਹੈ ਮਿਹਰਬਾਨੋ ਮੇਰੇ ਦੋਸਤੋ ਕਿ ਮੁਲਕ ਪਾਕਿਸਤਾਨ ਦਾ ਆਇਨ ਪੜੋ ਇਹ ਮੁਲਕ ਸਾਦਾ ਹੈ ਅਸਾਂ ਇਹਦੇ ਸ਼ਹਿਰੀ ਐ ਸੇ ਤੇ ਹਰ ਉਹ ਬੰਦਾ ਇਹ ਮੁਲਕ ਦਾ ਵਫਾਦਾਰ ਹੈ ਜਿਹੜਾ ਅੱਛਾਈ ਦੀ ਖਾਤਰ ਅਗੀ ਤੇ ਹਮਦੇ ਤੇ ਬੁਰਾਈ ਕੋ ਰੋਕਣ ਵਾਸਤੇ ਆਪਣਾ ਕਿਰਦਾਰ ਅਦਾ ਕਰੇ ਕਰਪਸ਼ਨ ਵੀ ਇੱਕ ਬੁਰਾਈ ਹੈ ਨਾ ਅਸੂਰ ਹੈ ਲੇਕਿਨ ਸਾਦੇ तमाम ਇਦਾਰਿਆਂ ਕੋ ਹੀ ਕਰਪਸ਼ਨ ਦੀ ਲਤ ਲੱਗੀ ਹੈ ਜਿਹੜਾ ਵੀ ਕਹੀਂ ਇਦਾਰੇ ਦੇ ਖਿਲਾਫ ਕਰਪਸ਼ਨ ਦੀ ਆਵਾਜ਼ ਉਠੇ ਨੇ ਉਨੀਆਂ ਕਮੀਆਂ ਦਸੇ ਨੇ ਉਨੀਆਂ ਕਮਜ਼ੋਰੀਆਂ ਦਸੇ ਨੇ ਤਾਂ ਉਹ ਮੁਲਕ ਦਾ ਦੁਸ਼ਮਣ ਹੈ ਲੇਕਿਨ ਅਫਸੋਸ ਇਹ ਹੈ ਕਿ ਜਿਹੜਾ ਇਹਦੇ ਤੇ ਪਰਦਾ ਪੇਨੇ ਜਿਹੜਾ ਉਹਨਾਂ ਦੀ ਖੁਸ਼ਾਮਤ ਕਰੇ ਉਹ ਸਹੀ ਮੁਲਕ ਦਾ ਵਫਾਦਾਰ ਹੈ ਕਿਤਨੀ ਹੀ ਮੁਨਾਫਕਾ ਨਾ ਰਵਈਆ ਹੈ ਸਾਦੇ ਈਦਾਰੀਆਂ ਦਾ ਸਾਦੇ ਮੁਹਾਸ਼ਰੇ ਦਾ ਕਿ ਸਹੀ ਸਿਮ ਤੇ ਚ ਵੰਣ ਵਾਲੇ ਬੰਦੇ ਕੋ ਈਦਾਰੀਆਂ ਦੀ ਇਸਲਾਹ ਕਰਨ ਵਾਲੇ ਬੰਦੇ ਕੋ ਈਦਾਰੀਆਂ ਦੇ ਅੰਦਰ ਜਿਹੜੀਆਂ ਕਾਲੀਆਂ ਭੈਣਾਂ ਹਨ ਉਹਨਾਂ ਦੀ ਕਰਪਸ਼ਨ ਕੋ ਬੇਨਕਾਬ ਕਰਨ ਵਾਲੇ ਕੋ ਉਹਨਾਂ ਦੀ ਨਿਸ਼ਾਨਦਾਹੀ ਕਰਨ ਵਾਲੇ ਕੋ ਮੁਖਾਲਫ ਸਮਝਾ ਵੰਦੇ ਤੇ ਜਿਹੜੇ ਲੋਕ ਉਹਨੇ ਕੋ ਕਰਪਸ਼ਨ ਦੇ ਆਦੀ ਕਰੇ ਨਨ ਰਿਸ਼ਵਤ ਦਿਵੇ ਨਨ ਘਿਨਵੇ ਨਨ ਦੂ ਨੰਬਰ ਕੰਮ ਕਰਵੇ ਨਨ ਗਲਤ ਐਫ ਆਈ ਆਰਾਂ ਦਿਵੇ ਨਨ ਉਹਨੇ ਕੋ ਸੀ ਦੋਸਤ ਸਮਝਾ ਵੰਦੇ ਉਹ ਸੀ ਵਫਾਦਾਰ ਹਨ ਸੀ ਉਹ ਮੁਆਮਨ ਹਨ ਸੀ ਔਰ ਰਿਆਸਤ ਦੇ ਵੀ ਵਫਾਦਾਰ ਹਨ ਲੇਕਿਨ ਅਫਸੋਸਨਾਕ ਲਮਾਇ ਹੈ ਕਿ ਜਿਹੜਾ ਹੱਕ ਸੱਚਾ ਦੇ ਭਾਈ ਜਿਹੜਾ ਤੁਹਾਡੇ ਨਿਸ਼ਾਨਦਾਈ ਕਰੇ ਨੇ ਕਿ ਇਥਾਂ ਤੁਸੀਂ ਗਲਤ ਵੇਨੇ ਪਿਓ ਤੋ ਕੋ ਨਹੀਂ ਮੰਨਣਾ ਚਾਹੀਦਾ ਤਾਂ ਅਸਲ ਦੋਸਤ ਉਹਦਾ ਉਹ ਹੈ ਉਹ ਕਹਿੰਨੀ ਕਿ ਜਿਹੜਾ ਤੁਸੀਂ ਬੁਰਾ ਕੰਮ ਕਰ ਰਹੇ ਨੇ ਪੇ ਤਾਂ ਤੁਹਾ ਕੋਦੇ ਠੀਕ ਐ ਸਹੀ ਠੀਕ ਐ ਸਹੀ ਸਾਕੂ ਚਿਹਰੇ ਬਦਲਣ ਦੀ ਵਰਦਿਆਂ ਬਦਲਣ ਦੀ ਦਫਤਰ ਬਦਲਣ ਦੀ ਜ਼ਰੂਰਤ ਨਹੀਂ ਬਲਕੇ ਜ਼ਮੀਰ ਕੋਝਝੋਣਾ ਦੀ ਜ਼ਰੂਰਤ ਹੈ ਦੂਦੀ ਦੀ ਜ਼ਿੰਦਗੀ ਤੋ ਕਿਆ ਚਾਹਵਣ ਨੇ ਤਾਂ ਇਨਸਾਨ ਕੋ ਐਹਸਾਸ ਹੋਣਾ ਚਾਹੀਦਾ ਸੱਚ ਤੇ ਝੂਠ ਦੀ ਤਮੀਜ਼ ਹੋਣੀ ਚਾਹੀਦੀ ਹੈ ਅੱਛੇ ਤੇ ਬੁਰੇ ਦੀ ਪਹਿਚਾਨ ਹੋਣੀ ਚਾਹੀਦੀ ਹੈ ਮੈਂ तमाम ਦੋਸਤਾਂ ਨੂੰ ਦੇਖਣ ਵਾਲਿਆਂ ਨੂੰ ਆਖਸਾਂ ਉਹ ਬੰਦਾ ਹਰ ਕਿਸ ਤਰ੍ਹਾਂ ਦਾ ਕੋਈ ਵੀ ਮੁਖਾਲਫ ਕਹਿ ਨਹੀਂ ਜਿਹੜਾ ਤੁਹਾਡੇ ਅਗੇਂਸਟ ਵਿੱਚ ਨੇ ਬਲਕਿ ਤੁਹਾਡੀ ਰਹਿਨਮਾਈ ਕਰਨਾ ਪਿਆਉਂਦਾ ਤੋ ਕੋ ਸ਼ੀਸ਼ਾ ਦਿਖਾਣਾ ਪਿਆਉਂਦਾ ਤੋ ਕੋ ਤੁਹਾਡੀ ਸ਼ਕਲ ਦਿਖਾਣਾ ਪਿਆਉਂਦਾ ਕਿ ਇਥਾਂ ਦਾਗ ਦੱਬੇ ਨੇ ਇਥਾਂ ਡੈਂਟੇ ਨੇ ਕੋ ਦੂਰ ਕਰ ਗਿਨੋ ਉਹ ਨਾ ਹੋਵੇ ਕਿ ਆਉਣ ਵਾਲੇ ਵਕਤ ਤੁਹਾਡਾ ਸਾਰਾ ਚਿਹਰਾ ਜਿਹੜਾ ਹੈ ਦਾਗਦਾਰ ਥੀ ਬਣੇ ਜਿਹੜਾ ਬੰਦਾ ਵੀ ਇਦਾਰਿਆਂ ਦੇ ਮੇਰੇ ਡੂ ਤੇ ਅਗੇਂਸਟ ਵਿੱਚ ਨੇ ਉਹ ਇਦਾਰਿਆਂ ਦਾ ਦੁਸ਼ਮਣ ਨਹੀਂ ਬਲਕਿ ਇਦਾਰਿਆਂ ਦਾ ਦੋਸਤ ਹੈ ਇਦਾਰਿਆਂ ਦਾ ਮੂਹਾਂਵੇਂ ਨੇ ਜਿਹੜਾ ਬੰਦਾ ਏਦਾਰੀਆਂ ਨੂੰ ਰਿਸ਼ਵਤ ਦੇ ਨੇ ਗਿਨਵੇਂ ਨੇ ਏਦਾਰਾ ਅਗਰ ਗਲਤ ਏ ਤੇ ਉਹਨੂੰ ਅਦਾ ਸਹੀ ਹੈ ਤਾਂ ਅਸਲ ਦੁਸ਼ਮਨ ਰਿਆਸਤ ਦਾ ਵੀ ਮੋਲਕ ਦਾ ਵੀ ਕੌਮ ਦਾ ਵੀ ਮਾਜਰੇ ਦਾ ਉਹ ਬੰਦਾ ਹੈ ਉਹ ਬੰਦਾ ਦੁਸ਼ਮਨ ਹੈ ਜਿਹੜਾ ਤੂੰ ਬੁਰੇ ਕੋ ਚੰਗਾ ਦੇ ਠੀਕੇ ਸੀ ਤੁਹਾਡੀ ਬੁਰਾਈ ਦੀ ਨਿਸ਼ਾਨਦਾਈ ਨਹੀਂ ਕਰੇਦਾ ਤੋ ਕੁ ਲੈਣ ਦਾਨ ਕਰਵੇਂ ਨੇ ਉਹ ਬੰਦੇ ਬੁਰੇ ਨੇ ਦੋਸਤੋ ਤੁਹਾਦੇ ਹਰ ਉਹ ਬੰਦਾ ਮਖਲੇ ਸੇ ਮੋਲਕ ਦੇ ਪਾਕਿਸਤਾਨ ਦਾ ਵਫਾਦਾਰ ਹੈ ਮਾਜਰੇ ਚ ਅਹਿਮੀਅਤ ਹਾਮਲੇ ਹੈ ਜਿਹੜਾ ਕ੍ਰਾਪਸ਼ਨ ਦੀ ਨਿਸ਼ਾਨਦਾਈ ਕਰੇ ਨੇ ਕ੍ਰਾਪਸ਼ਨ ਦੇ ਖਿਲਾਫ ਆਵਾਜ਼ ਉਠੇ ਨੇ ਤੁਹਾਡੇ ਅੰਦਰ ਜਿੱਤਾਂ ਕਮੀ ਕੋ ਚਾਹੀਦੇ ਦੇ ਦੇ ਤੇ ਤੁਹਾਂ ਕੋ ਉਹ ਆਗਾਹ ਕਰੇ ਨੇ ਤਾਂ ਉਮੀਦ ਕਰੇ ਨਾ ਮੈਦਾਜ ਦਾ ਇਹ ਜਿਹੜਾ ਵਿਲਾਗ ਹੈ तमाम ਦੋਸਤਾਂ ਨੂੰ ਪਸੰਦਾ ਆਇਆ ਹੋ ਸੋ ਆਇਆ ਹੋ ਸੇ ਇੰਗ ਦੇ ਆਪਣੀ ਰਾਏ ਦਾ ਜ਼ਰੂਰ ਇਜ਼ਹਾਰ ਕਰੇ ਸੋ ਤੇ ਵੀਡੀਓ ਕੋ ਜ਼ਿਆਦਾ ਜ਼ਿਆਦਾ ਸ਼ੇਅਰ ਕਰੇ ਸੋ ਤੇ ਆਪਣੀ ਰਾਏ ਵੀ ਜ਼ਰੂਰ ਦੱਸੋ ਸ਼ੁਕਰੀਆ